ਪਠਾਨਕੋਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 25 ਬੋਰੀਆਂ ਭੁੱਕੀ ਬਰਾਮਦ ਕੀਤੀ ਹੈ, ਜਿਸ ਦਾ ਵਜ਼ਨ 4 ਕੁਇੰਟਲ ਹੈ। ਇਸ ਭੁੱਕੀ ਦੀ ਕੀਮਤ 25 ਲੱਖ ਰੁਪਏ ਦੇ ਕਰੀਬ ਹੈ। ਅਨਿਲ ਸ਼ਰਮਾ ਇਹ ਜੰਮੂ ਐਂਡ ਕਸ਼ਮੀਰ ਕਾ ਰਹਿਣੇ ਵਾਲਾ ਹੈ, ਇਸਕੋ ਅਰੈਸਟ ਕਰ ਲਿਆ ਗਿਆ ਹੈ ਔਰ ਬਾਕੀ ਦੋ ਜੋ ਬੰਦੇ ਹਮੇ ਲੱਗ ਰਹਾ ਹੈ ਕਿ ਇਸਮੇ ਇਨਵੋਲਵਡ ਹੈ, ਉਨਕੀ ਪਹਿਚਾਨ ਜਾਵੇਦ ਔਰ ਸ਼ਕੀਲ ਅਹਿਮਦ ਨਾਮ ਕੇ ਦੋ ਲੋਗੋਂ ਕੇ ਰੂਪ ਮੇ ਹੋਈ ਹੈ ਔਰ ਇਹ ਦੋਨੋ ਵਿਅਕਤੀ ਜੋ ਹੈ ਵੋ ਮੌਕੇ ਸੇ ਫਰਾਰ ਹੋ ਗਏ ਹੈ। ਜਿਨਕੋ ਹਮਨੇ ਗ੍ਰਿਫਤਾਰ ਕੀਆ ਹੁਆ ਹੈ ਉਨਕੋ ਆਜ ਮਜਿਸਟ੍ਰੇਟ ਕੇ ਸਾਹਮਣੇ ਪੇਸ਼ ਕਰਕੇ ਜ਼ਿਆਦਾ ਸੇ ਜ਼ਿਆਦਾ ਪੁਲਿਸ ਰਿਮਾਂਡ ਹਾਸਿਲ ਕੀਆ ਜਾਏਗਾ ਔਰ ਇਹ ਪੁੱਛਤਾਛ ਕੀ ਜਾਏਗੀ ਕਿ ਇਨਕੇ ਫਾਰਵਰਡ ਬੈਕਵਰਡ ਲਿੰਕੇਜਸ ਕਿਆ ਹੈ, ਇਹ ਕਹਾਂ ਸੇ ਲੇਕਰ ਆ ਰਹੇ ਥੇ ਔਰ ਆਗੇ ਇਨਹੋਨੇ ਕਹਾਂ ਪੇ ਇਸਕੋ ਬੇਚਨਾ ਥਾ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਗੁਰਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੁਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ, IPMT ਤੇ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ, 10ਵੀਂ ਅਤੇ +2 ਤੋਂ ਬਾਅਦ OT, DMLT, X-ray, ਆਪਥਲੈਮਿਕ ਅਸਿਸਟੈਂਟ, ECG, ਫਿਜ਼ੀਓਥੈਰੇਪੀ ਡਿਪਲੋਮੇ। ਇੱਥੇ ਕੰਪਿਊਟਰਾਈਜ਼ਡ ਲੈਬ, ਆਪਰੇਸ਼ਨ ਥੀਏਟਰ, ਐਕਸ-ਰੇ ਪਲਾਂਟ, ECG ਮਸ਼ੀਨ, ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ। ਹੋਸਟਲ ਵਿੱਚ ਖਾਣੇ ਦਾ ਖਾਸ ਪ੍ਰਬੰਧ। ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੇੜੇ ਸ਼ਿਵ ਮੰਦਿਰ, ਪਟਿਆਲਾ।